Hello guys, you are watching Fact Desi YouTube channel. ਜਿੱਥੇ ਲੈ ਕੇ ਆਨੇ ਆ ਜੀ ਅਸੀਂ ਈਜ਼ੀ ਤੇ ਟੇਸਟੀ ਡਿਸ਼ਸ ਜੋ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋ। ਅੱਜ ਲੈ ਕੇ ਆਏ ਆ ਅਸੀਂ ਟਮਾਟਰਾਂ ਦੀ ਚਟਨੀ ਜੋ ਤੁਸੀਂ ਘਰ ਵਿੱਚ ਈਜ਼ੀਲੀ ਬਣਾ ਸਕਦੇ ਹੋ। ਤੇ ਕਿਵੇਂ ਬਣਦੀ ਹੈ ਦੇਖਦੇ ਆ। ਪਹਿਲਾਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ। ਚੈਨਲ ਹੈ ਜੀ ਫੈਕਟ ਦੇਸੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਦੇਖ ਕੇ। ਚਟਨੀ ਦੇ ਲਈ ਲੈਣਾ ਜੀ ਸਭ ਤੋਂ ਪਹਿਲਾਂ ਟਮਾਟਰ। ਟਮਾਟਰ ਆਪਾਂ ਲਿੱਤੇ ਨੇ 6, ਇਹਨਾਂ ਨੂੰ ਧੋ ਕੇ ਅੱਛੀ ਤਰ੍ਹਾਂ ਆਪਾਂ ਨੇ ਬਰੀਕ ਕੱਟ ਲਿਆ ਹੈ। ਤੇ ਮਸਾਲਿਆਂ ਵਿੱਚ ਹੋਰ ਚਾਹੀਦਾ ਆਪਾਂ ਨੂੰ ਜੋ ਹੈ ਕੜੀ ਪੱਤਾ, ਲਾਲ ਮਿਰਚ ਸੁੱਕੀ ਹੋਈ 2 ਲਿੱਤੀਆਂ ਨੇ, ਪਿਆਜ ਕੱਟਿਆ ਆਪਾਂ ਲੰਬੇ ਸਾਈਜ਼ ਵਿੱਚ ਤੇ ਇਹ ਲਿੱਤੇ ਆਪਾਂ ਨੇ 2 ਪਿਆਜ਼, ਅਦਰਕ ਲਿਆ ਔਰ ਹੈ ਜੀ ਆਪਾਂ ਲਸਣ, ਜੀਰਾ, ਹਲਦੀ ਔਰ ਆਪਾਂ ਲੈ ਜੀ ਨਮਕ। ਨਮਕ ਟੇਸਟ ਅਕੋਰਡਿੰਗ ਆਪਣੇ ਕੋਲ ਨਾਲ ਹੀ ਪਿਆ ਜੀ ਇੱਥੇ ਧਨੀਆ ਪਾਊਡਰ ਤੇ ਗਰਮ ਮਸਾਲਾ। ਕੜਾਈ ਵਿੱਚ ਜੋ ਆਪਾਂ ਨੇ ਤੇਲ ਲੈ ਲਿਆ ਤੇ ਇਸ ਨੂੰ ਆਪਾਂ ਗਰਮ ਕਰਾਂਗੇ ਥੋੜ੍ਹਾ। ਜਦ ਤੱਕ ਗਰਮ ਹੁੰਦਾ ਹੈ ਇਸ ਵਿੱਚ ਆਪਾਂ ਪਾਵਾਂਗੇ ਜੀਰਾ। ਲਾਲ ਸੁੱਕੀ ਮਿਰਚ ਕੜੀ ਪੱਤਾ ਲਸਣ ਤੇ ਅਦਰਕ। ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਹਿਲਾ ਦੇਵਾਂਗੇ। ਇਹਨਾਂ ਨੂੰ ਥੋੜਾ ਰੋਸਟ ਹੀ ਕਰਨਾ ਹੈ। ਇਸ ਤੋਂ ਬਾਅਦ ਆਪਾਂ ਇਸ ਵਿੱਚ ਪਾਵਾਂਗੇ ਲੰਬੇ ਕੱਟੇ ਹੋਏ ਆਪਾਂ ਜੋ ਪਿਆਜ਼ ਹੈ ਉਹ ਪਾਵਾਂਗੇ। ਪਿਆਜ਼ ਆਪਾਂ ਜ਼ਿਆਦਾ ਬਰਾਊਨ ਨਹੀਂ ਕਰਨਾ, ਇਹਨਾਂ ਨੂੰ ਥੋੜ੍ਹਾ ਇਹਨਾਂ ਦਾ ਜੋ ਕੱਚਾ ਕਰਨਾ ਬਸ ਇਹ ਖਤਮ ਕਰਨਾ ਹੈ। ਸੋ ਤੁਸੀਂ ਦੇਖ ਲਓ ਜਿਵੇਂ ਕਿ ਪਿਆਜ਼ ਹੈ ਜੋ ਆਪਣਾ ਕੱਚਾਪਨ ਉਹਦਾ ਹੋ ਗਿਆ ਪੂਰਾ ਖਤਮ। ਅਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ। ਹਲਦੀ ਤੋਂ ਬਾਅਦ ਆਪਾਂ ਪਾਵਾਂਗੇ ਧਨੀਆ ਪਾਊਡਰ, ਗਰਮ ਮਸਾਲਾ, ਨਮਕ ਟੇਸਟ ਅਕੋਰਡਿੰਗ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਮਸਾਲੇ ਹਨ ਜੋ ਪੂਰੇ ਅੱਛੀ ਤਰ੍ਹਾਂ ਇੱਕ ਦੂਜੇ ਨਾਲ ਮਿਲ ਜਾਣ। ਮਸਾਲੇ ਨੂੰ ਆਪਾਂ ਹਿਲਾ ਲਿਆ, ਹੁਣ ਇਸ ਵਿੱਚ ਪਾਵਾਂਗੇ ਕੱਟੇ ਹੋਏ ਟਮਾਟਰ। ਮਿਕਸ ਕਰਕੇ ਇਹਨਾਂ ਨੂੰ ਹੁਣ ਹਲਦੀ ਦੇ ਟਮਾਟਰਾਂ ਦਾ ਰੰਗ ਹੈ ਜੋ ਬਹੁਤ ਅੱਛਾ ਲੱਗ ਰਿਹਾ ਲਾਲ ਤੇ ਪੀਲਾ। ਹੁਣ ਆਪਾਂ ਇਸ ਵਿੱਚ ਜੋ ਪਾਣੀ ਹੈ ਉਹ ਪਾਵਾਂਗੇ ਕਿਉਂਕਿ ਆਪਾਂ ਨੇ ਇਸ ਨੂੰ ਹਾਲੇ 10 ਮਿੰਟ ਰੱਖਣਾ ਹੈ ਤਾਂ ਜੋ ਟਮਾਟਰ ਹੈ ਪੂਰਾ ਅੱਛੀ ਤਰ੍ਹਾਂ ਨਾਲ ਜੋ ਗਲ ਜਾਵੇ। ਸੋ ਇਹਨੂੰ ਤੁਸੀਂ ਢੱਕ ਦਿਓ ਹੁਣ ਇਸ ਤੋਂ ਬਾਅਦ ਅਤੇ ਗਲਣ ਦਾ ਵੇਟ ਕਰੋ। ਜੋ ਆਪਣੇ ਟਮਾਟਰ ਹੈ ਉਹ ਗਲ ਚੁੱਕੇ ਨੇ
ਤੇ ਹੁਣ ਇਹਨਾਂ ਨੂੰ ਆਪਾਂ ਕਰਨਾ ਇਹ ਹੈ ਕਿ ਇਹਨਾਂ ਨੂੰ ਠੰਡਾ ਕਰਕੇ ਆਪਾਂ ਕੁਝ ਦੇਰ ਰੱਖਾਂਗੇ ਠੰਡਾ ਕਰਨ ਲਈ। ਫਿਰ ਇਸਨੂੰ ਆਪਾਂ ਮਿਕਸੀ ਵਿੱਚ ਗ੍ਰਾਇੰਡ ਕਰ ਲਾਂਗੇ ਤੇ ਫਿਰ ਆਪਣੀ ਚਟਨੀ ਜੋ ਹੈ ਟਮਾਟਰਾਂ ਦੀ ਉਹ ਰੈਡੀ ਹੋ ਜਾਏਗੀ। ਜੋ ਆਪਣੀ ਚਟਨੀ ਹੈ ਆਪਾਂ ਠੰਡੀ ਕਰਕੇ ਇਸਨੂੰ ਮਿਕਸ ਵਿੱਚ ਗ੍ਰਾਇੰਡ ਕਰ ਲਿਆ, ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜੋ ਚਟਨੀ ਦੀ ਪੇਸਟ ਹੈ ਉਹ ਬਿਲਕੁਲ ਹੋ ਚੁੱਕੀ ਹੈ ਗ੍ਰਾਇੰਡ। ਤੇ ਹੁਣ ਆਪਾਂ ਬਸ ਇਸਨੂੰ ਇੱਕ ਬਰਤਨ ਵਿੱਚ ਕੱਢ ਲੈਂਦੇ ਹਾਂ। ਹੁਣ ਜੋ ਹੈ ਆਪਾਂ ਇੱਕ ਬਰਤਨ ਵਿੱਚ ਥੋੜ੍ਹਾ ਆਇਲ ਲੈ ਕੇ ਇਸ ਵਿੱਚ ਪਾਵਾਂਗੇ ਸਰੋਂ ਦੇ ਦਾਣੇ। ਸੋ ਹੁਣ ਪਾ ਦਾਂਗੇ ਕੜੀ ਪੱਤਾ ਦੇ ਪੱਤੇ ਤੇ ਬਸ ਜੀ ਆਪਣਾ ਹੋ ਗਿਆ ਜੋ ਤੜਕਾ ਹੋ ਗਏ ਜੀ। ਸੋ ਇਸ ਨੂੰ ਆਪਾਂ ਪਾ ਦਾਂਗੇ ਟਮਾਟਰਾਂ ਦੀ ਚਟਨੀ ਦੇ ਉੱਤੇ। ਦੇਖੋ ਜੀ ਕਲਰ ਬਹੁਤ ਅੱਛਾ ਜੋ ਹੈ ਉਹ ਆ ਰਿਹਾ ਹੈ। ਗਾਰਨਿਸ਼ ਕਰੋ ਵਿਦ ਹਰਾ ਧਨੀਆ। ਬਹੁਤ ਟੇਸਟੀ ਚਟਨੀ ਜੋ ਤੁਸੀਂ ਘਰ ਵਿੱਚ ਈਜ਼ੀਲੀ ਬਣਾ ਸਕਦੇ ਹੋ। ਸੋ ਤੁਸੀਂ ਵੀ ਕਰੋ ਟਰਾਈ ਤੇ ਦੱਸਣਾ ਜ਼ਰੂਰ ਕਮੈਂਟ ਕਰਕੇ ਕਿ ਕਿਵੇਂ ਦੀ ਲੱਗੀ। ਸੋ ਖਾ ਸਕਦੇ ਹੋ ਇਸਨੂੰ ਚਾਵਲਾਂ ਦੇ ਨਾਲ ਜਾਂ ਫਿਰ ਘਰ ਵਿੱਚ ਹੀ ਬਣਾਓ ਇਡਲੀ। ਤੇ ਮਿਲਦੇ ਹਾਂ ਫਿਰ ਨਵੇਂ ਨਵਾਂ ਕੁਛ ਲੈ ਕੇ। ਟਿਲ ਦੈਨ ਟੇਕ ਕੇਅਰ।